ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਕੌਰ ਹੈ। ਮੈਂ ਨਿੱਧਾਂਵਾਲਾ ਜ਼ਿਲ੍ਹਾ ਮੋਗਾ ਤੋਂ ਬਿਲੋਂਗ ਕਰਦੀ ਹਾਂ ਜੀ। ਜੀ, ਮੇਰੇ ਪਹਿਲਾਂ ਬੱਚੇ ਵਾਲਾ 2009 ਦੇ ਵਿੱਚ ਓਪਰੇਟ ਹੋਇਆ ਸੀਗਾ, ਬਹੁਤ ਵੱਡਾ ਓਪਰੇਟ ਸੀ ਉਹ ਵੀ। ਉਸ ਤੋਂ ਬਾਅਦ ਮੇਰਾ 7 ਸਾਲਾਂ ਬਾਅਦ ਨਾ ਅਪੈਂਡਿਕਸ ਦੀ ਨਾੜ ਫਟ ਗਈ ਸੀ, ਅਤੇ ਬਹੁਤ ਵੱਡਾ ਓਪਰੇਟ ਹੋਇਆ। 3 ਓਪਰੇਟ ਹੋਏ ਆ, 3 ਉਦੋਂ ਬੈਕ 'ਚ ਇੰਜੈਕਸ਼ਨ ਲੱਗੇ, ਇੱਕ ਪਹਿਲਾਂ ਲੱਗਾ ਸੀ, 4 ਪਹਿਲਾਂ ਹੀ ਬੈਕ 'ਚ ਲੱਗ ਚੁੱਕੇ ਸੀ ਇੰਜੈਕਸ਼ਨ, ਅਤੇ ਇਨਫੈਕਸ਼ਨ ਇੰਨੀ ਵੱਧ ਗਈ ਸੀਗੀ ਕਿ ਮੇਰੇ ਅਗਲੇ ਦਿਨ ਹੀ ਟੰਕੇ ਜਿਹੜੇ ਸੀ ਉਹ ਖੁੱਲ੍ਹ ਗਏ ਸੀਗੇ, ਅਤੇ ਪੇਟ ਇੱਦਾਂ ਓਪਨ ਸੀ ਜਿੱਦਾਂ ਵਾਟਰਮੈਲਨ ਕੱਟ ਕੇ ਰੱਖਿਆ ਹੁੰਦਾ ਜੀ, ਅਤੇ ਬਹੁਤ ਪੱਟੀਆਂ ਨਾਲ ਭਰਿਆ ਜ਼ਖਮ। 3 ਮਹੀਨੇ ਲੱਗ ਗਏ ਮੈਨੂੰ ਠੀਕ ਹੋਣ 'ਚ, ਬਹੁਤ ਵਕਤ ਵੇਖਿਆ ਜੀ। ਉਸ ਤੋਂ ਬਾਅਦ ਮੈਨੂੰ ਹੁਣ 7 ਸਾਲ ਬਾਅਦ ਹੀ ਫਿਰ ਅੰਡੇਦਾਨੀ ਦੇ ਵਿੱਚ ਮੇਰੀ ਰਿਸੌਲੀ ਆ ਗਈ, ਜਿਸ ਦੇ ਨਾਲ ਯਕਦਮ ਹੀ ਉਸਨੂੰ ਵਟਾ ਚੜ੍ਹ ਗਿਆ ਅਤੇ ਓਪਰੇਟ ਕਰਨਾ ਪਿਆ। ਬਟ ਮੇਰੀ ਇੰਨੀ ਕੁ ਕੰਡੀਸ਼ਨ ਖਰਾਬ ਸੀ ਨਾ, ਬਹੁਤ ਜ਼ਿਆਦਾ, ਬਹੁਤ ਡਾਕਟਰਾਂ ਦੀਆਂ ਸਲਾਹਾਂ ਲਈਆਂ। ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਡਾਕਟਰ ਅਮਿਤ ਸੂਦ ਮੋਗੇ ਦੇ ਵਿੱਚ ਰਹਿੰਦੇ ਆ, ਉਹਨਾਂ ਕੋਲ ਤੁਸੀਂ ਜਾਓ। ਮੈਂ ਓਪਰੇਟ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ, ਕਿਉਂਕਿ ਮੈਨੂੰ ਤਾਂ ਇੱਦਾਂ ਸੀ ਕਿ ਪਹਿਲਾਂ ਹੀ ਮੇਰਾ ਪੇਟ ਮਸਾਂ ਜੁੜਿਆ ਵਾ, ਅਤੇ ਮੈਂ ਓਪਰੇਟ ਕਿੱਦਾਂ ਕਰਵਾਵਾਂਗੀ। ਮੈਨੂੰ ਤਾਂ ਇੱਦਾਂ ਸੀ ਵੀ ਮੈਂ ਘਰ ਜਾ ਕੇ ਕਣਕ ਵਾਲੀਆਂ ਗੋਲੀਆਂ ਖਾ ਲੈਣੀਆਂ ਅਤੇ ਆਪਦੀ ਜ਼ਿੰਦਗੀ ਖਤਮ ਕਰ ਦੇਣੀਆਂ, ਕਿਉਂਕਿ ਮੈਂ ਹੁਣ ਓਪਰੇਟ ਨਹੀਂ ਕਰਵਾ ਸਕਦੀ। ਪਹਿਲਾਂ ਹੀ ਇੰਨਾ ਜ਼ਿਆਦਾ ਵਕਤ ਵੇਖਿਆ ਸੀਗਾ। ਬਟ ਜਦੋਂ ਮੈਂ ਅਮਿਤ ਸੂਦ ਡਾਕਟਰ ਦੇ ਕੋਲ ਆਈ, ਮੈਂ ਇੰਨੀ ਕੁ ਜ਼ਿਆਦਾ ਟੁੱਟ ਚੁੱਕੀ ਸੀ। ਡਾਕਟਰ ਨੇ ਮੈਨੂੰ ਬੜਾ ਹੀ ਹੌਂਸਲਾ ਦਿੱਤਾ, ਬੇਟਾ ਤੁਸੀਂ ਬਿਲਕੁਲ ਨਹੀਂ ਘਬਰਾਉਣਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਓਪਰੇਟ ਦਾ। ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਮੈਂ ਨਾ ਢੂਈ ਵਿੱਚ ਇੰਜੈਕਸ਼ਨ ਲਗਾਉਣਾ ਜੀ, ਬੈਕ ਵਿੱਚ ਮੇਰੇ ਪਹਿਲਾਂ ਹੀ ਬਹੁਤ ਲੱਗ ਚੁੱਕੀ ਆ। ਅਤੇ ਸਰ ਨੇ ਜੀ ਮੈਨੂੰ ਬੜਾ ਹੌਂਸਲਾ ਦਿੱਤਾ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਚੱਲਣਾ ਗਾ, ਤੁਸੀਂ ਕਿਉਂ ਘਬਰਾ ਰਹੇ ਹੋ। ਸਰ ਮੈਨੂੰ ਇੱਦਾਂ ਸੀਗਾ ਵੀ ਮੇਰਾ ਕੋਈ ਹੱਥ ਨਹੀਂ ਪਾ ਸਕਦਾ ਓਪਰੇਟ ਨੂੰ, ਕਿਉਂਕਿ ਕੋਈ ਨਹੀਂ ਕਰ ਸਕਦਾ ਗਾ। ਉਸ ਤੋਂ ਬਾਅਦ ਮੈਨੂੰ ਡਾਕਟਰ ਨੇ ਇੰਜੈਕਸ਼ਨ ਦਿੱਤਾ ਬੇਹੋਸ਼ੀ ਵਾਸਤੇ, ਉਹ ਯਕਦਮ ਹੀ ਮੇਰਾ ਓਪਰੇਸ਼ਨ ਕਰਨਾ ਪਿਆ ਸ਼ਾਮ ਨੂੰ। ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਸੀ, ਬਹੁਤ ਹੀ ਜ਼ਿਆਦਾ। ਸਰ ਨੇ ਮੇਰੇ ਜਿਹੜੀ ਮਤਲਬ ਡ੍ਰਿਪ ਲੱਗੀ ਹੋਈ ਸੀ ਉਹਦੇ ਵਿੱਚ ਵੀ ਇੰਜੈਕਸ਼ਨ ਦਿੱਤਾ ਮੈਨੂੰ, ਮੈਨੂੰ ਪਤਾ ਹੀ ਨਹੀਂ ਲੱਗਾ ਨਾ, ਬਿਲਕੁਲ ਦਰਦ ਹੋਇਆ। ਅਤੇ ਅਗਲੇ ਦਿਨ ਹੀ ਸੁਬਹਾ ਮੈਂ ICU 'ਚ, ਮੈਨੂੰ ਪਤਾ ਲੱਗਾ ਵੀ ਮੇਰਾ ਓਪਰੇਟ ਵੀ ਹੋ ਚੁੱਕਿਆ। ਪਹਿਲਾਂ ਜਦੋਂ ਮੇਰਾ ਓਪਰੇਟ ਹੋਇਆ ਸੀਗਾ, ਮੈਨੂੰ ਨਾ ਓਪਰੇਟ ਤੋਂ ਬਾਅਦ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਟਾਂਕਿਆਂ ਦੀ, ਬਟ ਇਸ ਵਾਰ ਮੈਨੂੰ ਪਤਾ ਹੀ ਨਹੀਂ ਲੱਗਾ ਮੇਰਾ ਓਪਰੇਟ ਆ, ਨਾ ਮੈਨੂੰ ਕੋਈ ਜੋ ਮੇਰੇ ਇੱਧਰ ਪੈਪ ਪਾਈ ਹੋਈ ਸੀ ਉਹ ਵੀ ਕੱਢਣ ਲੱਗਿਆ, ਕੁਛ ਨਹੀਂ ਪਤਾ ਲੱਗਾ ਬਿਲਕੁਲ ਵੀ ਜੀ। ਅੱਜ ਮੇਰੇ ਓਪਰੇਟ ਨੂੰ 11-12 ਦਿਨ ਹੋ ਗਏ, ਮੈਂ ਸਟਿਚ ਕਟਾਉਣ ਆਈ ਹਾਂ, ਮੈਨੂੰ 9-10 ਦਿਨਾਂ ਵਿੱਚ ਪਤਾ ਹੀ ਨਹੀਂ ਲੱਗਦਾ। ਮੈਨੂੰ ਘਰ ਦੇ ਕਹਿੰਦੇ ਤੂੰ ਟਿੱਕ ਕੇ ਬੈਠ ਜਾ, ਤੂੰ ਬੈਠਦੀ ਕਿਉਂ ਨਹੀਂ, ਮੈਨੂੰ ਇੱਦਾਂ 'ਚ ਵੀ ਮੈਨੂੰ ਕੁਛ ਹੋਇਆ ਹੀ ਨਹੀਂਗਾ। ਬਸ ਮੈਂ ਤਾਂ ਇਹ ਕਹਿੰਦੀ ਜਿਹੜੀਆਂ ਮਾਵਾਂ ਭੈਣਾਂ ਆਪਣੇ ਇਸ ਕੰਡੀਸ਼ਨ ਵਿੱਚ ਗੁਜ਼ਰਦੀਆਂ ਪਈਆਂ, ਇੱਕ ਵਾਰੀ ਮੋਗਾ ਦੇ ਵਿੱਚ ਡਾਕਟਰ ਅਮਿਤ ਸੂਦ ਨੂੰ ਮਿਲੋ, ਜੋ ਕਿ ਇੰਨੇ ਵਧੀਆ ਡਾਕਟਰ ਨੇ, ਮੋਟਾਪੇ ਦਾ ਵੀ ਓਪਰੇਟ ਕਰਦੇ ਆ, ਹਰ ਇੱਕ ਰਸੌਲੀਆਂ ਹਰਨੀਆਂ ਦਾ ਓਪਰੇਟ ਕਰਦੇ ਆ ਜੀ, ਬਹੁਤ ਵਧੀਆ ਡਾਕਟਰ ਆ। ਮੈਂ ਤਾਂ ਇਹੀ ਕਹਿੰਦੀ ਹਾਂ ਵੀ ਆਉਣ ਵਾਲਾ ਟਾਈਮ ਸਾਡੇ ਅਮਿਤ ਬਾਈ ਸੂਦ ਡਾਕਟਰ ਦਾ ਹੀ ਆ, ਬਹੁਤ ਵਧੀਆ। ਮੈਨੂੰ ਲੱਗਦਾ ਹੀ ਨਹੀਂ ਵੀ ਤੁਸੀਂ ਦੇਖੋ ਮੈਂ ਕਿੰਨਾ ਵਧੀਆ ਬੈਠੀ ਹੋਈ ਹਾਂ, ਨਾ ਮੈਨੂੰ ਕੋਈ ਹੈ ਪਰੇਸ਼ਾਨੀ। ਅਤੇ ਬਸ ਤੁਸੀਂ ਇੱਕ ਵਾਰੀ ਡਾਕਟਰ ਅਮਿਤ ਸੂਦ ਨੂੰ ਜ਼ਰੂਰ 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 ਮਿਲੋ ਜੀ, ਬਹੁਤ ਵਧੀਆ ਡਾਕਟਰ ਨੇ, ਬਹੁਤ ਜ਼ਿਆਦਾ ਜੀ। ਜੀ ਇੱਕ ਗੱਲ ਹੋਰ, ਇਸ ਹੋਸਪਿਟਲ ਦੀ ਇੰਨੀ ਕੁ ਵਧੀਆ, ਇੱਥੇ ਕੇਅਰ ਬਹੁਤ ਜ਼ਿਆਦਾ ਏ। ਜਾਨੀ ਨਾ ਉਹਨਾਂ ਨੇ ਮੈਨੂੰ ਇੱਦਾਂ ਜਿੱਦਾਂ ਛੋਟਾ ਜਿਹਾ ਬੇਬੀ ਹੁੰਦਾ ਇਸ ਤਰ੍ਹਾਂ ਸੰਭਾਲਿਆ ਕਿ ਬਹੁਤ ਜ਼ਿਆਦਾ ਕੇਅਰ ਮੈਨੂੰ ਮਹਿਸੂਸ ਹੀ ਨਹੀਂ ਹੋਇਆ। ਜਦੋਂ ਉਹਨਾਂ ਨੇ ਫਸਟ ਵਾਰ ਮੈਨੂੰ ਤੋਰਿਆ, ਇੱਦਾਂ ਬਿਲਕੁਲ ਪਤਾ ਹੀ ਨਹੀਂ ਚੱਲਦਾ ਪਿਆ ਸੀਗਾ। ਬਹੁਤ ਉਹਨਾਂ ਨੇ ਖਾਣ ਪੀਣ ਦਾ ਧਿਆਨ ਰੱਖਿਆ, ਜਦੋਂ ਵੀ ਮੈਨੂੰ ਕੁਛ ਦਿੰਦੇ ਸੀ ਉਦੋਂ ਹੀ ਨਾਲ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਦੇ ਸੀ, ਇਹ ਦੋ ਬਸ 5-5 ਮਿੰਟ ਬਾਅਦ ਬਲੱਡ ਚੈੱਕ ਕਰਦੇ ਸੀ ਵੀ ਜਾਨੀ ਬਹੁਤ ਜ਼ਿਆਦਾ ਕੇਅਰ। ਮੈਂ ਤਾਂ ਵੀ ਦੇਖ ਕੇ ਹੈਰਾਨ, ਆਪਾਂ ਤਾਂ ਇੱਦਾਂ ਦਾ ਕਦੇ ਨਹੀਂ ਹੋਸਪਿਟਲ ਦੇਖਿਆ ਕੋਈ ਵੀ। ਜਿਹੜੀਆਂ ਵੀ ਮਾਤਾ ਭੈਣਾਂ ਜਾਂ ਕੋਈ ਵੀ ਪੇਸ਼ੈਂਟ ਹੈ ਇਹ ਇਸ ਪ੍ਰੋਬਲਮ ਤੋਂ ਗੁਜ਼ਰ ਰਿਹਾ ਹੈ ਨਾ, ਇੱਕ ਵਾਰੀ ਜ਼ਰੂਰ ਆਣ ਕੇ ਅਮਿਤ ਸੂਦ ਡਾਕਟਰ ਨੂੰ ਮਿਲੋ ਜੀ, ਅਮਿਤ ਸੂਦ ਨੂੰ ਜ਼ਰੂਰ ਹੀ ਮਿਲੋ ਤੁਸੀਂ, ਅਤੇ ਬਹੁਤ ਵਧੀਆ ਜੀ, ਬਿਲਕੁਲ ਪਰੇਸ਼ਾਨੀ ਨਹੀਂ ਆਉਂਦੀ, ਕੋਈ ਦਰਦ ਨਹੀਂ, ਕੋਈ ਕੁਛ ਨਹੀਂ ਜੀ, ਸੱਚੀ ਬਹੁਤ ਜ਼ਿਆਦਾ ਵਧੀਆ ਡਾਕਟਰ ਨੇ, ਬਹੁਤ ਵਧੀਆ, ਧੰਨਵਾਦ ਜੀ।